ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਮਿੰਦਰ ਸ਼ੇਅਰ ਕਰ ਗਲੋਬਲ ਵੀਜ਼ਾ ਹੈਲਪਲਾਈਨ ਤੋਂ। ਰੂਟੀਨ ਦੇ ਵਿੱਚ ਜਿਵੇਂ ਆਪਾਂ ਬੈਕ ਟੂ ਬੈਕ ਤੁਹਾਡੇ ਨਾਲ ਵੀਡੀਓ ਜਿਹੜੀਆਂ ਹੈਗੀਆਂ ਸ਼ੇਅਰ ਕਰ ਰਹੇ ਹਾਂ ਜੀ, ਯੂਕੇ ਸਟੱਡੀ ਵੀਜ਼ਾ ਜਿਹੜੇ ਹੈਗੇ ਆ ਸਟਿਲ ਹਾਲੇ ਹੈਗੇ ਆਪਣੇ। ਆਲਮੋਸਟ ਜਿੰਨੇ ਵੀ ਕੇਸਿਸ ਆਪਾਂ ਹੁਣ ਤੱਕ ਲਾਏ ਸੀਗੇ ਸਾਰੇ ਵੀਜ਼ਾ ਅਪਰੂਵ ਹੋ ਚੁੱਕੇ ਆ ਪਰਮਾਤਮਾ ਦੀ ਮਿਹਰ ਨਾਲ। ਇੱਕ ਵੀ ਨਿੱਕੀ ਐਪਲੀਕੇਸ਼ਨ ਜਿਹੜੀ ਹੈਗੀ ਆ ਰਿਫਿਊਜ਼ ਨਹੀਂ ਹੋਈ ਗਲੋਬਲ ਵੀਜ਼ਾ ਹੈਲਪਲਾਈਨ ਦੀ। ਜਿੰਨੇ ਵੀ ਕੇਸ ਆਪਾਂ ਹੁਣ ਤੱਕ ਲਾਂਚ ਕੀਤੇ ਸੀਗੇ ਸਾਰੇ ਵੀਜ਼ਾ ਬੱਚਿਆਂ ਦੇ 10 ਤੋਂ 11 ਘੰਟੇ ਦੇ ਵਿੱਚ ਆਲਮੋਸਟ ਆਏ ਆ। ਕੁਛ ਕੇਸਿਸ ਨੂੰ ਲੱਗੇ ਆ 2-3 ਦਿਨ। 100% ਜਿਹੜੇ ਵੀਜ਼ਾ ਆਪਾਂ ਨੂੰ ਰਿਸੀਵ ਹੋ ਰਹੇ ਹੈਗੇ ਯੂਕੇ ਦੇ। ਸਾਡੇ ਨਾਲ ਹੀ ਜਿਹੜਾ ਪਾਸਪੋਰਟ ਆਪਾਂ ਨੂੰ ਰਿਸੀਵ ਹੋਇਆ ਹੈਗਾ, ਦੀਪਕ ਰਾਣਾ ਜੀ ਸਾਡੇ ਨਾਲ ਮੌਜੂਦ ਨੇ ਜੀ। ਦੀਪਕ ਜੀ ਦਾ ਡਿਪੈਂਡੈਂਟ ਵੀਜ਼ਾ ਆਇਆ ਹੈਗਾ, ਇਹਨਾਂ ਦੇ ਵਾਈਫ ਆਲਰੇਡੀ ਯੂਕੇ ਗਏ ਹੈਗੇ ਹੁਣ 2-3 ਦਿਨ ਪਹਿਲਾਂ। ਦੀਪਕ ਜੀ ਕਿੱਦਾਂ ਦਾ ਫੀਲ ਕਰਿਆ ਜੀ ਯੂਕੇ ਦਾ ਸਟੱਡੀ ਵੀਜ਼ਾ ਆਪਾਂ ਨੂੰ ਹਾਸਲ ਹੋਇਆ ਹੈਗਾ? ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿੰਨਾ ਟਾਈਮ ਲੱਗਿਆ ਤੇ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ? ਸਤਿ ਸ੍ਰੀ ਅਕਾਲ ਜੀ। ਜੀ ਮੈਂ 1 ਮਹੀਨੇ ਪਹਿਲੇ ਅਪਲਾਈ ਕੀਤਾ ਸੀ ਯੂਕੇ ਦਾ ਵੀਜ਼ਾ, ਹੁਣ ਮੇਰਾ 1 ਮਹੀਨੇ 'ਚ ਆ ਗਿਆ ਹੈ। ਔਰ ਜੋ ਮੈਂ ਵੀਜ਼ਾ ਅਪਲਾਈ ਕੀਤਾ ਉਹ ਸੁਪਰ ਪ੍ਰਾਇਓਰਟੀ ਕੇ ਤਹਿਤ ਕੀਆ ਥਾ, ਔਰ ਵੋ ਆਈ ਥਿੰਕ 11-10, 8-9 ਘੰਟੇ ਮੇਂ ਮੇਰਾ ਵੀਜ਼ਾ ਮੇਰੇ ਹੱਥ ਮੇਂ ਆ ਗਿਆ। ਕਹਾਂ ਸੇ ਬਿਲੋਂਗ ਕਰਤੇ ਆਪ? ਮੈਂ ਯਮੁਨਾਨਗਰ ਸੇ ਬਿਲੋਂਗ ਕਰਤਾ ਹੂੰ, ਡਿਸਟ੍ਰਿਕਟ ਹਰਿਆਣਾ। ਓਕੇ, ਹਰਿਆਣਾ ਤੋਂ ਬਿਲੋਂਗ ਕਰਦੇ ਹੋ। ਦੀਪਕ, ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਬ੍ਰਦਰ, ਕਿੱਦਾਂ ਤੁਹਾਨੂੰ ਗਲੋਬਲ ਵੀਜ਼ਾ ਹੈਲਪਲਾਈਨ ਬਾਰੇ ਕਿਵੇਂ ਪਤਾ ਲੱਗਿਆ? ਜਿਵੇਂ ਤੁਸੀਂ ਹਰਿਆਣਾ ਤੋਂ ਚੰਡੀਗੜ੍ਹ ਆਫਿਸ ਅਪਲਾਈ ਕੀਤਾ ਸੀ, ਆਪਣਾ ਕੇਸ ਰੈਫਰੈਂਸ ਦਿੱਤਾ ਕਿਸੇ ਨੇ ਕਿਵੇਂ, ਜਾਂ ਤੁਸੀਂ ਸੋਸ਼ਲ ਮੀਡੀਆ ਟੀਵੀ ਤੇ ਦੇਖਿਆ? ਐਕਚੁਅਲੀ ਮੈਂ ਆਪਣੇ ਫਰੈਂਡ ਕੇ ਤਹਿਤ ਯਹਾਂ ਪੇ ਆਇਆ ਥਾ, ਤੋ ਮੇਰੇ ਕੋ ਗਲੋਬਲ ਵੀਜ਼ਾ ਲਾਈਨ ਹੈਲਪਲਾਈਨ ਮੇਂ ਜੋ ਯਹਾਂ ਪੇ ਮਿਲਾ ਮੇਰੇ ਕੋ ਸਭ ਕੁਛ ਜੋ ਮਤਲਬ ਬਤਾਇਆ ਵਹੀ ਸਭ ਕੁਛ ਪ੍ਰੋਪਰ ਇਹਨਾਂ ਗਾਈਡ ਕੀਤਾ ਅੱਛੀ ਤਰੀਕੇ ਸੇ। ਔਰ ਮੈਂ ਬਤਾਉਣਾ ਚਾਹੂੰਗਾ ਕਿ ਅਗਰ ਕਿਸੇ ਨੇ ਅਪਲਾਈ ਕਰਨਾ ਹੈ ਯੂਕੇ ਕੇ ਲਈ, ਤੋ ਯਹੀ ਸੇ ਗਲੋਬਲ ਵੀਜ਼ਾ ਹੈਲਪਲਾਈਨ ਸੇ ਅਪਲਾਈ ਕਰੇ। ਇੱਕ ਹੋਰ ਅੱਜ ਟਾਈਮ ਬੜਾ ਹੈਗਾ ਵੀ ਲੋਕ ਡਰਦੇ ਇਮੀਗ੍ਰੇਸ਼ਨ ਆਫਿਸਰ ਦੇ ਵਿੱਚ ਆਉਣ ਤੋਂ, ਉਹਨਾਂ ਨੂੰ ਹੁੰਦਾ ਵੀ ਸਾਡਾ ਪੈਸਾ ਨਾ ਖਰਾਬ ਹੋ ਜਾਵੇ, ਪੇਮੈਂਟ ਜਿਹੜੀ ਅਸੀਂ ਐਡਵਾਂਸ ਦੇ ਵਿੱਚ ਦਿੱਤੀ ਹੁੰਦੀ ਆ ਉਹਦਾ ਲੋਸ ਨਾ ਹੋ ਜਾਵੇ, ਜਾਂ ਏਜੰਟਸ ਵੱਲੋਂ ਵੀਜ਼ਾ ਨਾ ਲੱਗੇ ਤਾਂ ਸਾਡੇ ਪੈਸੇ ਨਾ ਖਰਾਬ ਹੋਣ। ਇਹਦੇ ਲਈ ਆਪਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਹੜਾ ਤੁਹਾਡਾ ਵੀਜ਼ਾ ਆਇਆ, ਤੁਸੀਂ ਪੇਮੈਂਟ ਜਿਹੜੀ ਦਿੱਤੀ ਹੈਗੀ ਉਹ ਸਾਰੀ ਤੁਸੀਂ ਆਫਟਰ ਵੀਜ਼ਾ ਦਿੱਤੀ ਹੈ ਜਾਂ ਐਡਵਾਂਸ ਦੇ ਵਿੱਚ ਤੁਹਾਨੂੰ ਫੀਸਾਂ ਪੇ ਕਰਨੀਆਂ ਪਈਆਂ? ਨਹੀਂ, ਆਹ ਸਭ ਤੋਂ ਅੱਛਾ ਫਾਇਦਾ ਇਹ ਹੈ ਕਿ ਯਹਾਂ ਪੇ ਆਫਟਰ ਵੀਜ਼ਾ ਫੀਸ ਟੋਟਲ ਪੇਮੈਂਟ ਜੋ ਦੇਣੀ ਹੁੰਦੀ ਹੈ ਆਫਟਰ ਵੀਜ਼ਾ ਕੇ ਬਾਅਦ ਦੇਣੀ ਹੁੰਦੀ ਹੈ। ਸਟਾਰਟਿੰਗ ਨੂੰ ਕੋਈ ਪੈਸਾ ਨਹੀਂ ਦੇਣਾ ਹੁੰਦਾ, ਜੇ ਵੀਜ਼ਾ ਆਤਮ ਜਾਏ ਤਾਂ ਵੀ ਦਿੱਤੇ, ਮੈਚਿਓਰਿਟੀ ਪੂਰੀ ਜ਼ਿਆਦਾ ਅੱਛੀ ਹੁੰਦੀ ਹੈ। ਜਿੱਦਾਂ ਤੁਸੀਂ ਸੁਣਿਆ ਵੀ ਜਿਹੜੇ ਸਾਰੇ ਪੈਸੇ ਹੈਗੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਪੇ ਕਰ ਸਕਦੇ ਹੋ, ਕੋਈ ਵੀ ਪੈਸਾ ਤੁਹਾਨੂੰ ਐਡਵਾਂਸ ਦੇ ਵਿੱਚ ਦੇਣ ਦੀ ਲੋੜ ਨਹੀਂ ਹੈਗੀ। ਅੱਜ ਦੇ ਟਾਈਮ ਕਾਫੀ ਵੱਡੀ ਪ੍ਰੋਬਲਮ ਆ ਵੀ ਬੱਚਿਆਂ ਕੋਲ ਫੰਡਸ ਜਿਹੜੇ ਹੈਗੇ ਉਹ ਪੁਰਾਣੇ ਨਹੀਂ ਹੁੰਦੇ। ਜੇ ਤੁਹਾਡੇ ਕੋਲ ਪੁਰਾਣੇ ਫੰਡ ਨਹੀਂ ਹੈਗੇ ਤਾਂ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਤਾਂ ਵੀ ਤੁਸੀਂ ਯੂਕੇ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਜੀ। ਇਕੱਲੇ ਜਾਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਗਲੋਬਲ ਵੀਜ਼ਾ ਹੈਲਪਲਾਈਨ ਤੁਹਾਨੂੰ ਜਿਹੜੀ ਹੈਗੀ ਸਾਰੀ ਸਰਵਿਸ ਪ੍ਰੋਵਾਈਡ ਕਰਕੇ ਦੇਗਾ। ਚੰਡੀਗੜ੍ਹ, ਖੰਨਾ, ਜਲੰਧਰ ਆਫਿਸ ਤੁਸੀਂ ਮਿਲ ਸਕਦੇ ਹੈਗੇ ਹੋ। ਨੈਕਸਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੈਗੇ ਆਪਾਂ ਪੰਜਾਬ ਦੇ ਵਿੱਚ 5 ਸ਼ਹਿਰਾਂ ਦੇ ਵਿੱਚ ਸੈਮੀਨਾਰ ਜਿਹੜੇ ਹੈਗੇ ਅਨਾਊਂਸ ਕਰ ਰਹੇ ਹਾਂ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ। ਇਸ ਸੈਮੀਨਾਰ ਦੇ ਵਿੱਚ ਤੁਸੀਂ ਮੈਨੂੰ ਚੰਡੀਗੜ੍ਹ, ਖੰਨਾ, ਜਲੰਧਰ, ਬਠਿੰਡਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਮਿਲ ਸਕਦੇ ਹੋ ਜੀ, ਅਤੇ ਆਪਣਾ ਯੂਕੇ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਆਫਿਸ ਦੇ ਵਿੱਚ ਮਿਲਣ ਲਈ ਇੱਕ ਟੀ ਵੀ ਸੀ ਦੇ ਨੀਚੇ ਨੰਬਰ ਚੱਲ ਰਿਹਾ ਜੀ, 9503-9503 'ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਮੈਨੂੰ ਤੁਸੀਂ ਚੰਡੀਗੜ੍ਹ, ਖੰਨਾ, ਜਲੰਧਰ ਆਫਿਸ ਦੇ ਵਿੱਚ ਵੀ ਮਿਲ ਕੇ ਆਪਣਾ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਹੋ। ਨੈਕਸਟ ਇਨਟੇਕ ਦੇ ਲਈ ਸੀਟਸ ਓਪਨ ਹੋ ਚੁੱਕੀਆਂ ਨੇ ਜੀ, ਕੁਛ ਬੱਚਿਆਂ ਦੇ ਇਨਟੇਕ ਮਾਰਚ ਦੇ ਵਿੱਚ ਹੈਗੇ ਆ, ਅਪ੍ਰੈਲ ਦੇ ਵਿੱਚ, ਮਈ ਦੇ ਵਿੱਚ ਅਤੇ ਸਪਤੰਬਰ 2020 ਦਾ ਜਿਹੜਾ ਲਾਸਟ ਇਨਟੇਕ ਹੈਗਾ ਆਪਣੇ ਕੋਲ। ਯੂਕੇ ਜਾਣ ਲਈ ਇਸ ਨੰਬਰ ਨੂੰ ਡਾਇਲ ਕਰੋ, ਆ ਕੇ ਸਾਡੇ ਆਫਿਸ ਨੂੰ ਵਿਜ਼ਿਟ ਕਰੋ ਅਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੋ। ਕੋਈ ਵੀ ਫੀਸ ਤੁਹਾਨੂੰ ਐਡਵਾਂਸ ਦੇ ਵਿੱਚ ਦੇਣ ਦੀ ਲੋੜ ਨਹੀਂ ਹੈ। ਕੰਗ੍ਰੈਚੁਲੇਸ਼ਨ ਦੀਪਕ ਜੀ, ਬਹੁਤ ਬਹੁਤ ਤੁਹਾਨੂੰ, ਥੈਂਕ ਯੂ, ਇਹ ਤੁਹਾਡਾ ਵੀਜ਼ਾ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਰ।